ਚਾਚਾ ਵੀ ਜੇ ਹੈ ਨਾ ਕੋਈ ਜ਼ਖਮੀ ਹੋ ਗਿਆ ਫਸਟ ਏਡ, ਅੱਛਾ ਇਹਦੇ 'ਚ ਕੀ ਹੈ? ਅੱਛਾ ਕੋਟਨ ਹੈ, ਕੋਟਨ ਸਰ, ਡਿਟੋਲ ਹੈ, ਡਿਟੋਲ ਹੈ ਸਰ, ਪੱਟੀ ਹੈ, ਪੱਟੀ ਹੈ, ਕੈਂਚੀ ਹੈ, ਕੈਂਚੀ ਹੈ, ਟਿਊਬ ਹੈ ਸਰ, ਪੇਨ ਪੇਨ ਕਿਲਰ ਹੈ ਨਾ? ਹਾਂਜੀ ਸਰ। ਇਹ ਸੀ ਐੱਮ ਸਾਹਿਬ ਇੱਧਰੋਂ ਆ ਰਹੇ ਸੀਗੇ ਜੀ ਬਠਿੰਡਾ ਹੈਡ ਤੋਂ, ਸਾਡੀ ਡਿਊਟੀ ਸੀ ਇੱਧਰ ਰੂਟ 'ਤੇ, ਮਤਲਬ ਬਠਿੰਡਾ ਤਫਾ ਰੂਟ ਵਾਲਾ ਇਹ ਰੂਟ 'ਤੇ ਸੀ, ਸੀ ਐੱਮ ਸਾਹਿਬ ਦਾ ਕਾਫਲਾ ਖੜ੍ਹਾ ਸੀ, ਉਹਨਾਂ ਨੇ ਸਾਨੂੰ ਰੋਕ ਲਿਆ। ਕੀ ਕਹਿੰਦੇ ਫਿਰ, ਕਿਸ ਤਰ੍ਹਾਂ ਲੱਗੇ ਤੁਹਾਨੂੰ, ਕੀ ਲੱਗਿਆ ਜਦੋਂ ਸੀ ਐੱਮ ਕਾਫਲਾ ਰੁਕਿਆ ਤੋਂ? ਉਹਨਾਂ ਸਾਨੂੰ ਕੋਈ ਨਹੀਂ ਪੁੱਛਿਆ ਗਿਆ ਉਹਨਾਂ ਸਾਤੋਂ ਵੀ ਗੱਡੀ ਦੇ ਵਿੱਚ ਕੀ ਕੁਛ ਹੈ, ਵੀ ਕਿਵੇਂ ਕੋਈ ਪ੍ਰੋਬਲਮ, ਅਜੇ ਕਿੱਥਾ ਦੱਸਿਆ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਗੱਡੀ ਦੇ ਵਿੱਚ, ਆ ਜਿਹੜੇ ਆਪਣੇ ਕਿਸਾਨ ਦੇਣੇ ਸਕੇਚਰ ਹੈ ਅਤੇ ਉਹਨਾਂ ਨੇ ਮਤਲਬ ਕੈਮਰੇ ਲੱਗੇ ਨੇ, ਠੀਕ ਹੈ ਜੀ, ਅਤੇ ਮਤਲਬ ਹੋਰ ਉਹਨਾਂ ਨੇ ਵੀ ਜੇ ਕੋਈ ਰਾਤ ਗੱਡੀ ਵਗੈਰਾ ਖੜ੍ਹੀ ਹੁੰਦੀ ਹੈ ਤਾਂ ਤੁਸੀਂ ਕੀ ਕਰਦੇ ਹੋ? ਤਾਂ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਗੱਡੀ ਜਿਹੜੀ ਖੜ੍ਹੀ ਹੁੰਦੀ ਰਾਤ ਨੂੰ ਸਾਈਡ 'ਤੇ ਕਰਾ ਕੇ, ਕਿਉਂਕਿ ਪੈਂਚਰ ਵਗੈਰਾ ਹੁੰਦਾ, ਤਾਂ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਬਹੁਤ ਵਧੀਆ ਲੱਗਿਆ ਜੀ, ਇੱਕ ਸੀ ਐੱਮ ਸਾਹਿਬ ਦਾ ਬਹੁਤ ਵਧੀਆ ਲੱਗਿਆ ਰੁਕ ਕੇ ਗੱਲਾਂ ਕਰਨਾ। ਇੱਕ ਵਾਰ ਤਾਂ ਡਰ ਲੱਗਿਆ ਹੋਊਗਾ ਕਿ ਸੀ ਐੱਮ ਮਾਨ ਦਾ ਕਾਫਲਾ ਰੁਕ ਗਿਆ। ਹਾਂਜੀ ਹਾਂਜੀ, ਕਿਹੜਾ ਤਾਂ ਲੱਗਦੇ ਹੁੰਦੇ ਵੀ ਹਾਂ ਸੀ ਐੱਮ ਸਾਹਿਬ ਕਦੇ ਕੀ ਗੱਲ ਹੋਈ, ਕੀ ਅਸਵਾਸ਼ਨ ਉੱਤਮ ਮਾਨਤਾ ਨੇ? ਬਹੁਤ ਵਧੀਆ, ਚਾਹੇ ਬਹੁਤ ਵਧੀਆ ਕੰਮ ਕਰ ਰਹੇ ਹੋ, ਸਵਾਸ ਦੇ ਕੇ ਜੀ ਨੇ ਬਹੁਤ ਵਧੀਆ ਢੰਗ ਨਾਲ ਡਿਊਟੀ ਕਰਿਆ ਕਰੋ। ਅਤੇ ਉਹਨਾਂ ਨੇ ਭਰਤੀ ਬਾਰੇ ਕਿਹਾ ਵੀ ਅਸੀਂ ਹੋਰ ਭਰਤੀ ਕਰ ਰਹੇ ਹਾਂ, ਸੜਕ ਸਿਰਖਿਆ ਬੋਰਡ ਵਿੱਚ ਜ਼ਿਆਦਾ ਭਰਤੀ ਕਰ ਰਹੇ ਹਾਂ, 5000 ਤੱਕ ਵੀ ਭਰਤੀ ਕਰਾਂਗੇ। ਇੱਕ ਵਾਰ ਡਰ ਸੀ ਕਿ ਇਸ ਤਰ੍ਹਾਂ ਜਿਵੇਂ ਰੋਜ਼ਾਨਾ ਡਿਊਟੀ ਕਰਦੇ ਹੋ ਕਿ ਕਾਫਲਾ ਇਸ ਤਰ੍ਹਾਂ ਰੁਕਿਆ? ਨਹੀਂ, ਕੋਈ ਇੱਕ ਤਾਂ ਹੁੰਦਾ ਹੀ ਹੈ, ਪਰ ਇਹੋ ਜਿਹਾ ਕੋਈ ਡਰ ਵਾਲੀ ਗੱਲ ਨਹੀਂ ਜੀ। ਸੀ ਐੱਮ ਸਾਹਿਬ ਬਹੁਤ ਵਧੀਆ ਉਹ ਕਰਿਆ, ਅਤੇ ਸੀ ਐੱਮ ਸਾਹਿਬ ਨੇ ਸਾਨੂੰ ਕਾਫੀ ਉਹਦੇ 'ਤੇ ਹੌਂਸਲਾ ਦਿੱਤਾ ਵੀ ਵਧੀਆ ਵਧੀਆ ਡਿਊਟੀ ਕਰਿਆ ਕਰੋ, ਬਹੁਤ ਵਧੀਆ ਲੱਗਿਆ, ਡਿਊਟੀ ਨਾਲ ਬਹੁਤ ਫਾਇਦਾ ਹੋ ਰਿਹਾ, ਕਿੰਨੀਆਂ ਜਾਨਾਂ ਬਚਾਈਆਂ ਜਾ ਰਹੀਆਂ, ਠੀਕ ਹੈ ਜੀ। ਅਸੀਂ ਦੱਸਿਆ ਵੀ ਉਹਨਾਂ ਨੂੰ ਵੀ ਹੁਣ ਤੱਕ ਅਸੀਂ 15-20 ਮਤਲਬ ਜਿਹੜੇ ਐਕਸੀਡੈਂਟ ਹੋਏ ਸੀਗੇ ਉਹਨਾਂ ਦੇ ਜਿਹੜੀ ਇੱਥੇ ਆਪ ਕਰਦੇ ਟ੍ਰੀਟਮੈਂਟ ਕਰ ਸਕਦੇ ਉਹਨੇ ਉਹਨੇ ਕਰੀ, ਉਹਨਾਂ ਨੂੰ ਹੋਸਪਿਟਲ ਵੀ ਪਹੁੰਚਾਇਆ ਗਿਆ। ਸਾਡੀ ਡਿਊਟੀ ਇੱਥੇ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਜਿਹੜਾ ਇੱਥੋਂ ਤਪਾ ਤੋਂ ਲੈ ਕੇ ਬਰਨਾਲਾ ਹਾਈਵੇ ਤੱਕ ਹੈ, ਟੀ ਪੁਆਇੰਟ ਤੱਕ ਅਸੀਂ ਪੈਟਰੋਲਿੰਗ ਕਰ ਰਹੇ ਸੀਗੇ, ਜਿਸ ਦੌਰਾਨ ਸਾਨੂੰ ਸੀ ਐੱਮ ਸਾਹਿਬ ਦਾ ਕਾਫਲਾ ਮਿਲਿਆ ਅਤੇ ਉਹਨਾਂ ਨੇ ਸਾਨੂੰ ਰੋਕਿਆ ਅਤੇ ਸਾਤੋਂ ਪੁੱਛਿਆ ਵੀ ਡਿਊਟੀ ਕਿਵੇਂ ਦੀ ਲੱਗੀ, ਕਦੋਂ ਭਰ ਜੁਆਇਨਿੰਗ ਹੋਈ ਆ, ਗੱਡੀ ਦੇ ਵਿੱਚ ਕੀ ਸਮਾਨ ਆ, ਸਾਰਾ ਕੁਛ ਉਹਨਾਂ ਨੇ ਚੈੱਕ ਕੀਤਾ ਸੀਗਾ। ਮਤਲਬ ਸਾਨੂੰ ਪਹਿਲਾਂ ਜਿਵੇਂ ਹੁਣ ਇੱਕ ਮਹੀਨਾ ਹੀ ਹੋਇਆ ਹੈ ਜੇ ਜੁਆਇਨਿੰਗ ਕੀਤੀ ਨੂੰ, ਅਤੇ ਪਹਿਲੀ ਵਾਰ ਅਸੀਂ ਸੀ ਐੱਮ ਸਾਹਿਬ ਨੂੰ ਮਿਲੇ ਹਾਂ ਅਤੇ ਉਹਨਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਹੌਂਸਲਾ ਦਿੱਤਾ ਹੈ ਅਤੇ ਥੋੜ੍ਹਾ ਥੋੜ੍ਹਾ ਡਰ ਵੀ ਲੱਗ ਰਿਹਾ ਸੀਗਾ ਅਤੇ ਸਾਨੂੰ ਬਹੁਤ ਉਹਨਾਂ ਨੇ ਮੋਟੀਵੇਸ਼ਨ ਕੀਤੀ ਹੈ ਵੀ ਡਿਊਟੀ ਡਟ ਕੇ ਕਰਨੀ ਆ, ਚੰਗਾ ਬੋਲਬਾਣੀ ਚੰਗੀ ਰੱਖਣੀ ਆ ਅਤੇ ਕੋਈ ਗਲਤ ਇੱਦਾਂ ਦੀ ਕੋਈ ਹਰਕਤ ਨਹੀਂ ਕਰਨੀ ਹੈਗੀ ਜਿਸ ਨਾਲ ਇਹ ਡਿਊਟੀ 'ਤੇ ਨੁਕਸਾਨ ਹੋਵੇ। ਸਾਨੂੰ ਬਹੁਤ ਉਹਨਾਂ ਨੇ ਮੋਟੀਵੇਸ਼ਨ ਵੀ ਕੀਤਾ, ਹੱਲਾਸ਼ੇਰੀ ਵੀ ਦਿੱਤੀ, ਸ਼ਾਬਾਸ਼ੇਰੀ ਵੀ ਦਿੱਤੀ ਅਤੇ ਉਹਨਾਂ ਨੇ ਇੱਦਾਂ ਵੀ ਕਿਹਾ ਵੀ ਹੁਣ ਜਿਵੇਂ 1300 ਜਵਾਨ ਨੇ ਹਜੇ ਅਤੇ ਇਸ ਤੋਂ ਬਾਅਦ ਹੁਣ 5000 ਦੀ ਹੋਰ ਫੋਰਸ ਐਡ ਕਰਨਗੇ, ਭਰਤੀ ਕਰਨਗੇ ਜੀ। ਹਾਂਜੀ, ਸਾਨੂੰ ਬਿਲਕੁਲ ਉਹਨਾਂ ਨੇ ਆਪ ਰੋਕਿਆ ਅਤੇ ਮਿਲਣ ਵਾਸਤੇ ਅਤੇ ਗੱਲਬਾਤ ਕੀਤੀ ਉਹਨਾਂ ਨੇ ਸਾਡੇ ਨਾਲ।